ਮਾਨਯੋਗ SSP ਫਿਰੋਜ਼ਪੁਰ ਸੌਮਿਆ ਮਿਸਰਾ ਜੀ ਦੇ ਸਖ਼ਤ ਨਿਰਦੇਸ਼ ਸੀਗੇ ਕਿ ਜਿਹੜਾ ਨਸ਼ੇ ਦੇ ਖਿਲਾਫ਼ ਲੜਾਈ ਹੈ ਉਸ ਵਿੱਚ ਅੱਡਾ ਟੀਮੋਂ ਦਾ ਗਠਨ ਕੀਤਾ ਜਾਵੇ ਅਤੇ ਜਿਹੜਾ ਸੋਢੀ ਨਗਰ ਏਰੀਆ ਸੀ ਥਾਣਾ ਕਲਖੁਰਦ ਦਾ ਉੱਥੋਂ ਜਿਹੜੀ ਕੰਪਲੇਂਟ ਆ ਰਹੀ ਸੀ ਉਹਨੂੰ ਵੇਖਦੇ ਹੋਏ ਮਾਨਯੋਗ SSP ਫਿਰੋਜ਼ਪੁਰ ਸੌਮਿਆ ਮਿਸਰਾ ਜੀ ਨੇ ਇੱਕ ਅੱਡਾ ਟੀਮ ਦਾ ਗਠਨ ਕੀਤਾ DSP ਦਿਹਾਤੀ ਸ਼੍ਰੀ ਰਜੇਸ਼ ਜੀ ਅਤੇ SHO ਸ਼੍ਰੀ ਬੱਚਨ ਸਿੰਘ ਜੀ ਦੇ ਲੀਡਰਸ਼ਿਪ ਵਿੱਚ ਆਹ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ। ਜਦ ਇਹ ਜਿਹੜਾ NDPS ਐਕਟ ਦਾ ਜਿਹੜਾ ਇੱਕ ਪਰੋਲ ਜੰਪਰ ਸੀ ਉਹਦਾ ਨਾਮ ਸੀਗਾ ਜੱਗਾ ਪੁੱਤਰ ਕਸ਼ਮੀਰ ਸਿੰਘ, ਜਿਹੜਾ ਸੋਢੀ ਨਗਰ ਥਾਣਾ ਕਲਖੁਰਦ ਦਾ ਰਹਿਣ ਵਾਲਾ ਸੀ, ਉਹਨੂੰ ਗ੍ਰਿਫਤਾਰ ਕੀਤਾ। ਉਹਦੇ ਨਾਲ ਉਹਦਾ ਇੱਕ ਸਾਥੀ ਸੀ ਨਛੱਤਰ ਪੁੱਤਰ ਪੱਪੂ। ਆਹ ਦੋਵਾਂ ਤੋਂ 960 ਨਸ਼ੀਲੀ ਗੋਲੀਆਂ ਮਿਲੀਆਂ, ਜਿਸ ਤੋਂ ਇੱਕ ਕਮਰਸ਼ਲ ਕੁਆਂਟੀ ਦਾ ਪਰਚਾ ਦਰਜ ਕੀਤਾ ਗਿਆ। ਨਾਲ ਦੇ ਨਾਲ ਜਿਹੜੀ ਡਰੱਗ ਮਨੀ ਹੁੰਦੀ ਹੈ ਜਿਸ ਤੋਂ ਇਹ ਸਾਰਾ ਵਪਾਰ ਹੁੰਦਾ ਹੈ ਡਰੱਗ ਦਾ, 3,27,000 ਰੁਪਏ ਦੀ ਜਿਹੜੀ ਡਰੱਗ ਮਨੀ ਹੈ ਉਹ ਵੀ ਬਰਾਮਦ ਹੋਈ ਹੈ। ਮੈਂ ਨਾਲ ਨਾਲ ਆਹ ਵੀ ਦੱਸ ਦੇਵਾਂ ਕਿ ਇਹ ਜਿਹੜਾ ਜੱਗਾ ਹੈਗਾ ਜੱਗਾ ਪੁੱਤਰ ਕਸ਼ਮੀਰ, ਇਸ ਤੋਂ ਪਹਿਲੇ 10 ਪਰਚੇ ਪਹਿਲੇ ਤਾਂ ਦਰਜ ਨੇ ਅਤੇ 5 ਪਰਚੇ ਜਿਹੜੇ ਹੈਗੇ NDPS ਯਾਨੀ ਕਿ ਨਸ਼ੇ ਦੇ ਪਰਚੇ ਹੈਗੇ। ਨਾਲ ਨਾਲ ਮੈਂ ਇਹ ਵੀ ਦੱਸ ਦੇਵਾਂ ਕਿ ਜਿਹੜਾ ਜੱਗਾ ਪੁੱਤਰ ਕਸ਼ਮੀਰ ਹੈਗਾ ਇਹ 2015 ਵਿੱਚ ਇੱਕ ਪਰਚਾ ਹੋਇਆ ਸੀ ਕੁਲਗੜੀ ਵਿੱਚ, ਉਸ ਵਿੱਚ ਇਹ ਸਜ਼ਾ ਕੱਟ ਰਿਹਾ ਸੀ 10 ਸਾਲ ਦੀ ਅਤੇ ਪਰੋਲ 'ਤੇ ਬਾਹਰ ਆਇਆ ਸੀ, ਇਹ ਪਰੋਲ ਜੰਪ ਕਰ ਗਿਆ। ਭਾਵ ਇਹ ਹੈ ਕਿ ਪਰੋਲ ਕੱਟਣ ਕੇ ਬਾਅਦ ਜੇਲ੍ਹ ਗਿਆ ਹੀ ਨਹੀਂ, ਇਹ ਬੜਾ ਇੱਕ ਸੀਰੀਅਸ ਮਸਲਾ ਸੀ। ਇਹਨੂੰ ਦੇਖਦੇ ਹੋਏ ਮਾਨਯੋਗ SSP ਫਿਰੋਜ਼ਪੁਰ ਸੌਮਿਆ ਮਿਸਰਾ ਜੀ ਨੇ ਜਿਹੜੀ ਟੀਮ ਬਣਾਈ ਸੀ ਰਜੇਸ਼ ਜੀ ਅਤੇ ਬੱਚਨ ਜੀ ਦੀ, ਉਹ ਟੀਮ ਨੂੰ ਜਿਹੜੀ ਕਾਮਯਾਬੀ ਮਿਲੀ ਹੈ, ਇਹ ਪਰੋਲ ਜੰਪਰ ਵੀ ਫੜਿਆ ਗਿਆ ਅਤੇ ਨਾਲ ਨਾਲ ਇਸਕਾ ਜਿਹੜਾ ਸਾਥੀ ਹੈਗਾ ਨਛੱਤਰ ਉਹ ਵੀ ਫੜਿਆ ਗਿਆ। ਜਿਹੜਾ ਨਛੱਤਰ ਹੈ ਉਸ 'ਤੇ ਵੀ ਟੋਟਲ ਪਹਿਲੇ 4 ਪਰਚੇ ਹੈਗੇ, 2 ਨਸ਼ੇ ਦੇ ਹੈਗੇ। ਅਤੇ ਮਾਨਯੋਗ SSP ਫਿਰੋਜ਼ਪੁਰ ਸੌਮਿਆ ਮਿਸਰਾ ਜੀ ਵੱਲੋਂ ਆਹ ਵੀ ਨਿਰਦੇਸ਼ ਹੈਗੇ ਕਿ ਜਿਹੜੀ ਸਪੈਸ਼ਲ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਟੀਮ ਹੈਗੀ, ਭਾਵ ਕਿ ਆਰਥਿਕ ਜਿਹੜੀ ਤਫਤੀਸ਼ ਯੂਨਿਟ, ਉਹ ਇਹਦੇ ਜਿੰਨੀ ਵੀ ਪ੍ਰੋਪਰਟੀਆਂ ਹੈਗੀ ਸੰਪੱਤੀਆਂ ਹੈਗੀ, ਭਾਵੇਂ ਅਚਲ ਹੋ ਭਾਵੇਂ ਚਲ ਹੋ ਮੂਵੇਬਲ ਹੋ ਮੂਵੇਬਲ ਹੋ, ਉਹ ਸਾਰੀਆਂ ਪ੍ਰੋਪਰਟੀਆਂ ਦੀ ਪਹਿਚਾਣ ਕਰੇਗੀ, ਇਹ ਵੇਰੀਫਾਈ ਕਰੇਗੀ ਕਿ ਉਹ ਨਸ਼ਾ ਵੇਚ ਕੇ ਬਣਾਏਗੀ ਹੈ, ਜੇ ਨਸ਼ਾ ਵੇਚ ਕੇ ਬਣਾਏਗੀ ਉਹ ਵੀ ਸਾਰੀ ਪ੍ਰੋਪਰਟੀਆਂ ਹੈ ਉਹ ਵੀ ਅਟੈਚ ਕੀਤੀ ਜਾਏਗੀ। ਸਰ ਜਿਹੜਾ ਜੱਗਾ ਸਿੰਘ ਹੈ ਇਹਦੇ ਉੱਤੇ ਪਹਿਲੇ ਵੀ ਸਰ ਮਾਮਲੇ ਦਰਜ ਹੈਗੇ ਹੈ? ਬਿਲਕੁਲ ਜੀ, ਜਿਹੜਾ ਜੱਗਾ ਸਿੰਘ ਪੁੱਤਰ ਹੈਗਾ ਕਸ਼ਮੀਰ, ਇਸ 'ਤੇ ਪਹਿਲੇ 10 ਮਾਮਲੇ ਦਰਜ ਨੇ, ਇਸ 'ਤੇ ਜਿਹੜੇ 5 ਮਾਮਲੇ ਹੈਗੇ ਉਹ ਨਸ਼ੇ ਦੇ NDPS ਦੇ ਪਰਚੇ ਹੈਗੇ ਅਤੇ ਨਾਲ ਇੱਕ ਅਸਲਾ ਐਕਟ ਦਾ ਵੀ ਪਰਚਾ ਹੈਗਾ। ਸਰ ਇਹ ਜਿਹੜੀਆਂ ਗੋਲੀਆਂ ਸੀਗੀਆਂ ਸਰ, ਇਹ ਕਿੱਥੇ ਲਿਆਉਂਦਾ ਸੀ, ਕਿੱਥੇ ਵੇਚਦਾ ਸੀ, ਕਿ ਕੈਮਿਸਟਾਂ ਨੂੰ ਦਿੰਦਾ ਸੀ ਜਾਂ ਕੋਈ ਹੋਰ ਨਸ਼ਾ? DSP ਦਿਹਾਤੀ ਸ਼੍ਰੀ ਰਜੇਸ਼ ਜੀ ਦੀ ਔਰ SHO ਬੱਚਨ ਸਾਹਿਬ ਜੀ ਜਿਹੜੀ ਟੀਮ ਹੈਗੀ ਉਹ ਹੁਣ ਇਹ ਤਫਤੀਸ਼ ਕਰ ਰਹੀ ਹੈ, ਇਹ ਕਿੱਥੋਂ ਗੋਲੀਆਂ ਲੈ ਕੇ ਆਉਂਦਾ ਸੀ, ਕਿਹਨੂੰ ਵੇਚਦਾ ਸੀ, ਅਤੇ ਨਾਲ ਇਹਦੇ ਕੋਲ ਜਿਹੜੀ ਡਰੱਗ ਮਨੀ ਬਰਾਮਦ ਹੋਈ ਹੈ 3,27,000 ਰੁਪਏ, ਉਹ ਡਰੱਗ ਮਨੀ ਕਿਸ ਪਰਪਸ ਲਈ, ਕਿਹੜਾ ਡਰੱਗ ਖਰੀਦਣ ਵੇਚਣ ਲਈ ਉਹ ਯੂਜ਼ ਕਰਦਾ ਸੀ, ਹੁਣ ਤਫਤੀਸ਼ ਦਾ ਵਿਸ਼ੇ ਤਫਤੀਸ਼ ਜਾਰੀ ਹੈ। ਸਰ ਏਰੀਏ ਦੇ ਵਿੱਚੋਂ ਜੱਗੇ ਦਾ ਕਾਫੀ ਨਾਂ ਚੱਲਦਾ ਸੀਗਾ, ਬਹੁਤ ਲੋਕ ਡਰਦੇ ਸੀ ਇਹਦੇ ਤੋਂ, ਵੱਡਾ ਨਸ਼ੇ ਦਾ ਵਪਾਰੀ ਸੀਗਾ, ਕਿੰਨਾ ਕੁ ਵੱਡਾ ਚੈਲੰਜ ਸੀਗਾ ਇਸ ਜੱਗੇ ਨੂੰ ਪੁਲਿਸ ਦੇ ਲਈ ਫੜਨ ਲਈ, ਲੋੜੀਂਦਾ ਕਿੰਨਾ ਕੁ ਸੀ ਔਰ ਚੈਲੰਜ ਕਿੰਨਾ ਕੁ ਵੱਡਾ ਸੀਗਾ? ਆਹ ਲੋੜੀਂਦਾ ਸੀ ਕਿਉਂਕਿ ਇਹ ਪਰੋਲ ਜੰਪਰ ਸੀ, ਨਾਲ ਨਾਲ ਇਹ ਭਗੌੜਾ ਵੀ ਸੀ ਮੁਕੱਦਮਾ ਨੰਬਰ 71/20 ਵਿੱਚ, ਅਤੇ ਚੈਲੰਜ ਵੱਡਾ ਸੀ। ਬਟ ਜਿਵੇਂ ਮੈਂ ਪਹਿਲੇ ਵੀ ਦੱਸਿਆ ਹੈ, ਜਿਵੇਂ ਮਾਨਯੋਗ SSP ਫਿਰੋਜ਼ਪੁਰ ਸੌਮਿਆ ਮਿਸਰਾ ਜੀ ਆਈ ਸੀ, ਪਹਿਲੀ ਮੀਟਿੰਗ 'ਚ ਉਹਨਾਂ ਨੇ ਪ੍ਰਾਇਰਟੀ ਸੈੱਟ ਕੀਤੀ ਸੀ ਕਿ ਨਸ਼ੇ ਦੇ ਖਿਲਾਫ਼ ਜਿਹੜੀ ਮੁਹਿੰਮ ਹੈ ਉਹ ਜੰਗ ਬਣਾਈ ਜਾਏ ਅਤੇ ਨਸ਼ੇ ਦੇ ਖਿਲਾਫ਼ ਅੱਡ ਟੀਮੋਂ ਦਾ ਗਠਨ ਕੀਤਾ ਜਾਏ।